ਸ਼੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਜੋਧਪੁਰੀ ਐਤਵਾਰ ਨੂੰ ਅਕਾਲ ਚਲਾਣਾ ਕਰ ਗਏ। ਉਹ ਤਕਰੀਬਨ 60 ਸਾਲ ਦੇ ਸਨ। ਜੂਨ 1984 'ਚ ਉਹਨਾਂ ਨੂੰ ਫੌਜ ਨੇ ਹਿਰਾਸਤ ਵਿੱਚ ਲਿਆ ਸੀ ਅਤੇ ਜੋਧਪੁਰ ਜੇਲ੍ਹ 'ਚ ਨਜ਼ਰਬੰਦ ਕਰ ਦਿੱਤਾ ਸੀ। ਰਿਹਾਅ ਹੋਣ ਤੋਂ ਬਾਅਦ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਸੇਵਾ ਦਿੱਤੀ ਗਈ ਸੀ। ਬੇਹੱਦ ਸੁਰੀਲੀ ਆਵਾਜ਼ ਦੇ ਮਾਲਕ ਭਾਈ ਸੁਰਿੰਦਰ ਸਿੰਘ ਜੋਧਪੁਰੀ ਪਿਛਲੇ ਕਾਫੀ ਸਮੇਂ ਤੋਂ ਛਾਤੀ ਅਤੇ ਗਲੇ ਦੇ ਰੋਗ ਨਾਲ ਪੀੜਿਤ ਸਨ। ਅੱਜ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇੱਕ ਰਾਗੀ ਇਸ ਸੰਸਾਰ ਤੋਂ ਵਿਦਾ ਹੋ ਗਿਆ। ਉਹਨਾਂ ਦੀ ਆਵਾਜ਼ ਦਿਲ ਵਿੱਚ ਉਤਰ ਜਾਂਦੀ ਸੀ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਲਾਈਵ ਭਾਰਤ। ਉਹ ਸਾਡੇ ਨਾਲ 5 ਸਾਲ ਜੋਧਪੁਰ ਜੇਲ੍ਹ ਵਿੱਚ ਰਿਹਾ ਸੀ ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਹੋਇਆ ਸੀ। ਤਾਂ ਉਸ ਟਾਈਮ 'ਤੇ ਉਹ ਵੀ ਇੱਥੇ ਅੰਦਰ ਡਿਊਟੀ ਕਰਦੇ ਸਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਔਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ। ਅਤੇ ਇੱਥੋਂ ਹੀ ਉਹ ਸਾਡੇ ਨਾਲ ਫੜ ਕੇ ਉਹਨਾਂ ਨੂੰ ਜੋਧਪੁਰ ਜੇਲ੍ਹ ਵਿੱਚ ਲਿਜਾਇਆ ਗਿਆ। ਔਰ ਬੜੇ ਥਾਵਾਂ 'ਤੇ ਪਹਿਲਾਂ ਮਿਲਟਰੀ ਕੈਂਪ, ਫਿਰ ਲੱਦਾ ਕੋਠੀ, ਔਰ ਉਸ ਤੋਂ ਬਾਅਦ ਨਾਭਾ ਜੇਲ੍ਹ। ਨਾਭੇ ਜੇਲ੍ਹ ਤੋਂ ਬਾਅਦ ਫਿਰ ਉਹ ਆਪਣੇ ਜੋਧਪੁਰ ਜੇਲ੍ਹ ਵਿੱਚ 5 ਸਾਲ ਜਿਹੜੇ ਉਹ ਰਹੇ। ਔਰ ਉਸ ਸਮੇਂ ਦੌਰਾਨ ਮੈਂ ਸਮਝਦਾ ਹਾਂ ਕਿ ਭਾਈ ਸੁਰਿੰਦਰ ਸਿੰਘ ਨੇ ਸਿੰਘਾਂ ਨੂੰ ਕੀਰਤਨ ਦੀ ਜਿਹੜੀ ਦਾਸ ਸੀ, ਉਹਨਾਂ ਨੇ ਉੱਥੇ ਜੇਲ੍ਹ ਦੇ ਵਿੱਚ ਹੀ ਬੜੇ ਸਿੰਘਾਂ ਨੂੰ ਕੀਰਤਨ ਜਿਹੜਾ ਸੀ ਉਹ ਸਿਖਾਇਆ। ਔਰ ਬਹੁਤ ਸਿੰਘ ਰਾਗੀ ਸਿੰਘ ਬਣਾਏ, ਆਪਣੇ ਤਬਲੇ ਵਾਲੇ ਸਿੰਘ ਬਣਾਏ, ਔਰ ਇਸ ਤਰ੍ਹਾਂ ਹੋਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਥਿਆ ਸੀ ਉਹ ਦਿੱਤੀ। ਔਰ ਬੜੀ ਰਸੀਲੀ ਆਵਾਜ਼ ਸੀ ਔਰ ਬੜੀ ਚੜ੍ਹਦੀ ਕਲਾ ਵਾਲੇ ਸਨ। ਬੜੀ ਚੜ੍ਹਦੀ ਕਲਾ ਨਾਲ ਉਹਨਾਂ ਨੇ ਜੇਲ੍ਹ ਕੱਟੀ, ਔਰ ਜੇਲ੍ਹ ਕਹਿਣਾ ਸੌਖਾ ਪਰ ਕੱਟਣੀ ਬੜੀ ਔਖੀ ਆ। ਸੋ ਉਹਨਾਂ ਨੇ ਆਣ ਕੇ ਵੀ ਫਿਰ ਉਹਨਾਂ ਦਾ ਨਾਂ ਜਿਹੜਾ ਜੋਧਪੁਰੀ ਪਿਆ ਸੀ, ਉਹ ਜੋਧਪੁਰ ਰਹਿਣ ਕਰਕੇ ਹੀ ਜੇਲ੍ਹ 'ਚ ਰਹਿਣ ਕਰਕੇ ਉਹਨਾਂ ਦਾ ਨਾਂ ਜਿਹੜਾ ਪਿਆ ਸੀ। ਔਰ ਇਹਨਾਂ ਦੇ ਵੱਡੇ ਭਾਈ ਮਨਜੀਤ ਸਿੰਘ ਜਿਹੜੇ ਜਿਨ੍ਹਾਂ ਨੇ ਜਹਾਜ਼ ਵੀ ਅਗਵਾ ਕੀਤਾ ਸੀਗਾ 84 ਤੋਂ ਪਹਿਲਾਂ, ਉਰਫ ਮੁਸੀਬਤ ਸਿੰਘ ਉਹਨਾਂ ਦਾ ਨਾਂ ਰੱਖਿਆ ਸੀ, ਔਰ ਉਹ ਵੀ ਇਹਨਾਂ ਦੇ ਭਰਾ ਸਨ। ਔਰ ਇਸ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਆ, ਬੜੀ ਵੱਡੀ ਦੇਣ ਆ ਪੰਥ ਨੂੰ। ਔਰ ਸੱਚਖੰਡ ਹਰਿਮੰਦਰ ਸਾਹਿਬ 'ਚ ਜਦੋਂ ਕੀਰਤਨ ਕਰਦੇ ਹੁੰਦੇ ਸੀ ਤਾਂ ਲੋਕ ਜਿਹੜੇ ਆ ਉਹ ਮੰਤਰ ਮੁਗਧ ਹੋ ਜਾਂਦੇ ਸੀ, ਸੰਗਤ ਜਿਹੜੀ ਸੀ। ਔਰ ਬਹੁਤ ਵੱਡਾ ਘਾਟਾ ਪਿਆ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਾਰੇ ਦਰਬਾਰ ਸਾਹਿਬ ਵੱਲੋਂ ਔਰ ਸੱਚਖੰਡ ਹਰਿਮੰਦਰ ਸਾਹਿਬ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਜਗੀਰ ਕੌਰ ਜੀ ਔਰ ਸਾਡੇ ਮੁੱਖ ਸਕੱਤਰ ਸਾਹਿਬ ਵੱਲੋਂ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ। ਔਰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਹੈ ਅੱਜ ਪਿਆ ਹੈ। ਅੱਜ ਇੱਕ ਰਸੀਲੀ ਆਵਾਜ਼ ਜਿਹੜੀ ਕੋਇਲ ਵਰਗੀ ਆਵਾਜ਼ ਸੀ ਉਹ ਸਾਡੇ ਤੋਂ ਸਦਾ ਵਾਸਤੇ ਜਿਹੜੀ ਉਹ ਵਿਖੜ ਗਈ ਆ। ਗੁਰੂ ਕਿਰਪਾ ਕਰੇ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਿੱਛੇ ਸਿੱਖ ਸੰਗਤ ਨੂੰ ਜਿਹੜਾ ਹੈ ਉਹ ਭਾਣਾ ਮੰਨਣ ਦਾ ਬਲ ਬਖਸ਼ੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ। ਮੈਂ ਅਰਦਾਸ ਕਰਦਾ, ਵਾਹਿਗੁਰੂ ਜੀ ਕਾ ਖਾਲਸਾ।